ਹੁੰਦਾ ਗਾਣਾ ਕਹਦਾ ਏ ਇਹਦਾ ਲਾਸਟ ਅੰਤਰਾ ਸੀਗਾ ਮੈਨੂੰ ਬੜਾ ਪਸੰਦ ਆ ਕਿ ਯਾਰ ਕਮਾਲੋ ਪਿਆਰ ਸਮਾਂ ਨੀ ਵੈਰਾਂ ਵਿੱਚ ਉਜਾੜੀ ਦਾ ਉੱਤੇ ਬੈਠਾ ਬਾਪੂ ਆਖਿਰ ਪੁੱਛੂ ਸਾਹਿਬ ਦਿਹਾੜੀ ਦਾ ਯਾਰ ਕਮਾਲੋ ਪਿਆਰ ਸਮਾਂ ਨੀ ਵੈਰਾਂ ਵਿੱਚ ਉਜਾੜੀ ਦਾ ਉੱਤੇ ਬੈਠਾ ਬਾਪੂ ਆਖਿਰ ਪੁੱਛੂ ਸਾਹਿਬ ਦਿਹਾੜੀ ਦਾ ਉਹ ਵੈਰੋ ਵਾਲੀਆ ਜੋ ਵੀ ਜੇ ਬੰਦਾ ਸੋ ਵੱਜਦਾ ਏ ਸੱਚ ਕਿਹਾ ਤੇ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤੇ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤੇ ਕਹਿਣਾ ਬੂਟਾ ਗਾਲਾਂ ਕੱਢਦਾ ਏ ਇੱਕ ਆਪਣੀ ਗੱਲ ਆ ਕਿ ਪੇਂਡੂ ਜੱਟ ਮਲੈਤੀ ਹੋ ਗਏ ਵਾਹਵਾ ਰੋਹ ਵਜਾਉਣੇ ਆ ਸੋਰੀ ਥੈਂਕ ਯੂ ਯਾ ਯਾ ਕਰਕੇ ਦੁਨੀਆਂ ਨੂੰ ਉਲਝਾਉਣੇ ਆ ਸੋਰੀ ਥੈਂਕ ਯੂ ਯਾ ਯਾ ਕਰਕੇ ਦੁਨੀਆਂ ਨੂੰ ਉਲਝਾਉਣੇ ਆ ਦੇਸੀ ਜੱਟ ਮਲੈਤੀ ਹੋ ਗਏ ਵਾਹਵਾ ਰੋਹ ਵਜਾਉਣੇ ਆ ਤੇ ਸਭ ਨੂੰ ਵਹਿ ਪਿਆ ਪਰਦੇਸੀ ਬੁੱਲਾ ਹੀ ਵੜਦਾ ਏ ਸੱਚ ਕਿਹਾ ਤੇ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੱਚ ਕਿਹਾ ਤੇ ਕਹਿਣਾ ਬੂਟਾ ਗਾਲਾਂ ਕੱਢਦਾ ਏ ਸੋ ਮੇਰਾ ਖਿਆਲ ਜੇ ਜ਼ਿਆਦਾ ਟਾਈਮ ਹੋ ਗਿਆ ਤੇ ਬੂਟਾ ਗਾਲਾਂ ਸੱਚੀ ਕੱਢੂਗਾ ਧੰਨਵਾਦ ਸਾਰਿਆਂ ਦਾ ਸਲੋਮੋ ਬਣਾਈ ਜਾਈ
सोना हो मां सारे कठा कर दी रबड़ चढ़ाती मंजी से सुट दी बशीर बाहर आते पचकारी मार के आप बार गयो बार हो जाती है एक बंदे को हो ही जाती है और तीन चार भरा बाल एडे एडे ते है ने हर गली च बैठ के पत्ते खेडन ते नाई आया उत्ते देख रख के चला गया उन्हें क्या हरे चुल्ला बनाया अब मेरे ना जहाज में बैठा नांदी सवारी कह रहा और वाकई है जो जहाज उठते ही ना ये बंदे कीड़िया वर्ग नजर आते नहीं दुकान कब्रस्तान दही भले ला रहे पहली बार लाई दही भले मुर्दा उठ के कहना चल अपने महले कब्रस्तान बह के पीन डे तो पुलिस आ गई कहती इतने बह के पीन डे फटाफट सुट के तो दुआ मंगन लग पाया कहते की होया कहते जी मेरे अब्बा जी की कब्र से दुआ मंगन डे कब्र वेख्या बच्चे की वह कहते कब्र से बच्चे की कहना हाँ जी मेरे अब्बा जी बचपन च फौत हो गए सुते पे प्यो की धौन बढ़ दी हाँ लगे कि कितने कहना सवेरे बैठी आप ही उठ के लभदा कोई प्रोग्राम च गया टीवी देते होस्ट ने सवाल किया वो कौन सा जानवर है जिसके मुंह में दांत नहीं उठ के कहता मेरी दादी इन्हारी की उम्र की वजह तो हो इन्होंने मसले बदल मथे की गोली बजी मर गया सारे बंद रोन डे कोल खलो के गई रोन के उठे शुक्र करो की अख बच गई है मर गया तू हाथ बचा तू पैंपर खराब कर लेना तुसी मेरे रिश्ता ना दियो अपनी कुड़ी किधर होर ले आओ साढ़े जवाब
ਬੱਚੇ ਤੇਰੇ ਕਿੱਥੇ ਨੇ ਫਟਾਫਟ ਬੁਲਾ ਉਹਨਾਂ ਨੂੰ ਬੱਚੇ ਤੇਰੇ ਹੋਣੇ ਨੇ ਕਿਤੇ ਖੇਡਦੇ ਮੈਨੂੰ ਕੀ ਪਤਾ ਮੈਨੂੰ ਫੜਾ ਕੇ ਗਿਆ ਸਾ ਬੱਚੇ ਓਏ ਇਹਨਾਂ ਦੇ ਬੜੇ ਲਾਮੇ ਆਉਂਦਾ ਮੈਨੂੰ ਲਾਮੇ ਤੈਨੂੰ ਕਾਹਦੇ ਲਾਮੇ ਆ ਗਏ ਮੈਂ ਤੈਨੂੰ ਕਹਿੰਦੀ ਆ ਮੇਰੇ ਬੱਚੇ ਨੂੰ ਨਾ ਐਵੇਂ ਡਾਂਟਦਾ ਨਾ ਰਿਆ ਕਰ ਇਹ ਖਾਣ ਵਾਲੀ ਚੀਜ਼ ਹੈ ਹਾਂਜੀ ਹਾਂ ਇੱਥੇ ਆ ਕੇ ਚੋਰੀ ਕਰ ਲਈ ਪੁਲਿਸ ਨੇ ਹੱਥ ਕੜੀ ਲਾਈ ਤੇ ਵਿੱਚੋਂ ਨਿਕਲ ਕੇ ਟੁਰ ਪਿਆ ਇੱਕ ਸਾਡੇ ਸ਼ਹਿਰ ਦੀ ਬੜੀ ਨਹੀਂ ਤਾਂ ਸਾਨੂੰ ਨੌਣ ਕਿਉਂ ਡਏ ਲੱਲੇ ਨੇ ਮੇਰੇ ਬੱਚੇ ਨੇ ਆ ਫਟਾਫਟ ਅੱਜ ਉਹਨਾਂ ਦੀ ਮੈਂ ਕਲਾਸ ਲਾਣੀ ਹੈ ਛਿੱਤਰ ਫੇਰ ਲੈਣੇ ਆਜ ਜਾਣਗੇ ਇਹਨੂੰ ਕਿਸੇ ਨੇ ਨਾ ਪੈਂਟ ਗਿਫਟ ਕੀਤੀ ਹਾਂ ਤੇ ਸ਼ਰਟ ਪਾਈ ਦੀ ਪੈਂਟ ਇਥੋਂ ਤੱਕ ਮੰਨੀ ਹੁਣ ਇਹ ਮਾਡਲ ਆਦਮੀ ਹੈ ਮਾਡਲ ਕੌਣ ਇਹ ਮੈਨੂੰ ਭੇਜ ਵੀ ਦਈ ਹੈ ਮੈਂ ਤਾਂ ਸਾਰੀਆਂ ਲਵੇੜ ਕੇ ਲਾਈਆਂ ਮੈਂ ਥੈਂਕ ਯੂ ਬੱਚੇ ਮੇਰੇ ਕਿੱਥੇ ਨੇ ਬੱਚੇ ਤੇਰੇ ਅੰਦਰ ਹੋਣੇ ਨੇ ਮੈਂ ਤੈਨੂੰ ਕੀ ਦੱਸਾਂ ਕਿੱਥੇ ਨੇ ਬੱਚੇ ਅਵੇ ਬੱਤੀ ਬਲੀ ਆ ਤੇ ਪਤਾ ਲੱਗੇ ਦੁਨੀਆ ਕਿੱਥੇ ਕਿੱਥੇ ਬੈਠੀ ਆ ਆਹ ਜੈ ਦਾਦੀ ਉਹ ਪਿੱਛੇ ਬੰਦੇ ਇੰਜ ਲੱਗ ਰਿਹਾ ਜਿਵੇਂ ਨਹਿਰ ਚ ਲਾਸ਼ ਦੇ ਖੰਡੇ ਨੇ ਦਾਦੀ ਅੱਜ ਸਾਰਾ ਪੰਜਾਬ ਵੇਖ ਕੇ ਨਾ ਆਹਾਂ ਇੱਥੋਂ ਖੁਸ਼ ਹੋ ਰਿਹਾ ਦਿਲ ਖੁਸ਼ ਹੋ ਰਿਹਾ ਰਾਮਕਾ ਦੀ ਕਾਲ ਕਰੋ ਆਮੇ ਯਾਰ ਮੈਂ ਵੀਡੀਓ ਜੀ ਕਹਿੰਦਾ ਰਿਹਾ ਰਸ਼ ਪਾ ਮੁੰਡੇ ਕੱਢ ਲੈਂਦੇ ਆ ਪਹਿਲਾਂ ਇਹਦਾ ਮੈਕ ਚਲਾਓ ਭਾਈ ਜੀ ਪਹਿਲਾਂ ਆਪਣੀ ਆਵਾਜ਼ ਕੱਢੋ ਤੇ ਫਿਰ ਅਸੀਂ ਮੁੰਡੇ ਕੱਢਾਂਗੇ ਚੱਲ ਗਿਆ ਚੱਲ ਗਿਆ ਚੱਲ ਗਿਆ ਹੁਣ ਚੱਲ ਗਿਆ ਆਵਾਜ਼ ਆ ਰਹੀ ਹੈ ਹੋਰ ਪਿਛਾ ਤੁਰ ਜਾ ਹੋਰ ਤੁਰ ਜਾ ਰੋਟੀ ਨਾ ਖਾਈ ਅੱਛਾ ਜੀ ਕੀ ਲਾਮਾ ਲੈ ਕੇ ਆਏ ਚਾਚਾ ਤੇਰੇ ਮੁੰਡਿਆਂ ਨੇ ਮੈਨੂੰ ਛੇੜਿਆ
ਮੁੰਡਿਆਂ ਨੇ ਛੇੜਿਆ ਓਏ ਉਹਨਾਂ ਦਾ ਪਿਓ ਮਰ ਗਿਆ ਉਹ ਲੰਮਾ ਲੈ ਕੇ ਆਈ ਆ ਲੰਮਾ ਲੈ ਕੇ ਨਾ ਆਪਣੇ ਮੁੰਡੇ ਪੈਟਰੋਲ ਚ ਕਰਾਗਾ ਕੀ ਛੇੜਿਆ ਕੀ ਆਂਦੇ ਆ ਮੇਰੇ ਕੱਲ ਮੈਂ ਛੱਤ ਤੇ ਗਈ ਆ ਅੱਛਾ ਕੱਪੜੇ ਸੁਕਣੇ ਪਾਣ ਅੱਛਾ ਤੇ ਜਿਹੜਾ ਉਹ ਕੰਜਾ ਨਹੀਂ ਕੰਜਾ ਆਹੋ ਆਹੋ ਉਹ ਬੁੱਢਾ ਆਹੋ ਮੈਂ ਇਹਨੇ ਦੁਪੱਟਾ ਸੁਕਣੇ ਪਾਣ ਲਈ ਛੱਡਿਆ ਵਾ ਹਾਂ ਤੇ ਭਲਾ ਕੀ ਕਹਿੰਦਾ ਕੀ ਕਹਿੰਦਾ चढ़दा अच्छा जी तुसीं दुपट्टा नचोड़िया कपड़े है दरखत सुट जा अपना लामा लैके आई है तू सवेरे सवेरे मैं परेशान हो गया आ तेरे सामने देखी मैं मुंडिया के कन्न फड़ा के छित्र फेरदा ओ बाले 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 और बात हवा ओ बाले हेलो नसीबा खोल दे मेरा मदद कर मेरी अल्लाह तू जिन्नू जावे दे मर्जी तेरी अल्लाह तुझनू जावे देवे अब भाई मैं नमाज पढ़ गया तुहानू फूका मारिया शायद तुहाडा कद वज्जे बेटा मेरा कद बड़ा क्यों नहीं बदल रहा क्यों जी भाई तुसी सारी जिंदगी मेनू उतों फूका मार दे रहे हो रखी जा जिथे जिथे आ रहे अबा जी तेरे लामे नहीं आते मेरी तो जिंदगी मुक गई है ना तेरा काम की है तू अपना भाई करम उन्होंने बहर बजा के क्यों दौड़े जो तो उन्होंने लवाई हटी नहीं है जो तो कोई नहीं बजा मैं रुक जाऊंगा बड़े बड़े मुंडिया ने नहर से ना जाया कर क्यों हाँ हूं न्यूजीलैंड आया कहते आप पैक करा या हैंड कैरी करना बाहर कटो
ਅਸੀਂ ਨਹੀਂ ਕਿਸੇ ਨੂੰ ਗੈਰ ਔਰਤ ਨੂੰ ਵੇਖਣਾ ਚਾਹੁੰਦੇ ਇਹਨੂੰ ਵਰਗ ਜੜ ਦਿਓ ਮੇਰੇ ਬੱਚੇ ਐਡੇ ਨੇਕ ਕੀ ਹੋਇਆ ਕੀ ਅੱਬਾ ਜੀ ਉਹ ਕਹਿਣ ਡਈ ਹੈ ਕਿ ਮੈਂ ਛੱਤ ਤੇ ਚੜੀ ਗਿਆ ਕੀ ਲੈ ਗਈ ਲੰਮਾ ਲੈ ਕੇ ਆਈ ਚਲੋ ਤੁਸੀਂ ਵੀ ਕਹਿੰਦੇ ਹੋ ਨਾ ਕਿ ਪੁੱਤਰਾਂ ਦਾ ਕੁਛ ਨਹੀਂ ਘਰ ਚ ਆਉਣ ਡਿਆ ਕੁਛ ਨਾ ਕੁਛ ਆਇਆ ਨਾ ਅੱਜ ਲਾਮੇ ਸ਼ੁਰੂ ਹੋਏ ਨੇ ਕੱਲ ਨੂੰ ਕਮਾਈ ਆਣੀ ਸ਼ੁਰੂ ਹੋ ਜਾਏਗੀ ਸੱਜੀ ਸਾਈਡ ਵਾਲਿਆਂ ਦੀ ਕੁੜੀ ਸੋਹਣੀ ਆ ਬਾਈ ਯਕੀਨ ਹੋ ਜਾ ਅਸੀਂ ਉਹਨੂੰ ਆਪਣੀ ਭੈਣ ਸਮਝਦੇ ਆ ਅੱਬਾ ਮੇਰਾ ਭਰਾ ਇਦਾਂ ਦਾ ਹੈ ਹੀ ਨਹੀਂ ਅਜੇ ਤਾਂ ਉਹਦੀ ਕੱਲ ਟਿੰਡ ਹੋਈ ਆ ਉਹ ਛੇੜ ਸਕਦਾ ਅੱਛਾ ਤੂੰ ਨਾਮ ਹੀ ਦੱਸੇ ਨਾ ਤੇ ਪਤਾ ਸਾਰਿਆਂ ਨੂੰ ਅੱਛਾ ਸਾਰਿਆਂ ਨੂੰ ਪਤਾ ਜੀ ਲੋਕਾਂ ਦੇ ਦਿਲ ਦੇ ਵਾਲ ਬੰਦ ਹੁੰਦੇ ਤੇਰੇ ਸਿਰ ਦੇ ਹੋ ਗਏ ਬਸ ਕੋਈ ਨਹੀਂ ਅੱਲਾ ਨੇ ਵਾਲ ਵਾਲ ਰੱਖਿਆ ਬਹੁਤ ਹੀ ਚਾਹੀਦਾ ਉਹ ਵਾਲ ਵਾਲ ਕੀ ਹੋਇਆ ਕੀ ਹੈ ਸਿਆਣੇ ਬੰਦਾ ਦੀ ਗੱਲ ਹੋ ਰਹੀ ਨਾ ਤੂੰ ਗਲੀ ਜੀ ਖੇਡ ਜਾ ਕੇ ਆਹੋ ਜੀ ਮੈਂ ਤੈਨੂੰ ਮਤ ਲਾ ਲਾ ਮੈਂ ਤੈਨੂੰ ਬੇਨਤੀ ਕਰਦਾ ਮੈਂ ਤੈਨੂੰ
ਸਿਆਣੇ
ਦੇ ਪ੍ਰਾਹਣੇ ਵੇਖਣ ਆਏ ਮੈਨੂੰ ਉਹਨਾਂ ਦੇ ਘਰ ਅੱਗਾ ਸੁੱਤਾ ਸੀ ਜਿਹੜੀ ਮੰਜੀ ਤੇ ਬਿਠਾ ਕੇ ਇੱਥੇ ਲੈ ਜਾਓ ਉੱਠ ਕੇ ਟੁਰ ਗਏ ਕਹਿੰਦੇ ਜਿੱਥੇ ਬੱਚੇ ਸੁੱਤੇ ਸਾਨੂੰ ਉੱਥੇ ਬਿਠਾ ਤੇ ਹਯਾ ਕਰਿਆ ਕਰੋ ਸਿਆਣੇ ਕਹਿੰਦੇ ਨੇ ਪਿਓ ਦੀ ਜੁੱਤੀ ਪੁੱਤਰ ਨੂੰ ਪੂਰੀ ਆ ਜਾਵੇ ਨਾ ਤੇ ਹਯਾ ਕਰਨੀ ਚਾਹੀਦੀ ਦਵਾ ਫਿਰ ਉਹ ਤੇ ਨਹੀਂ ਹੋਣੀ ਉਹ ਤੇ ਨਹੀਂ ਹੋਣੀ ਇਹਨਾਂ ਆਉਣੀ ਆਉਣੀ ਇਹਨਾਂ ਤੇ ਬਾਲਣ ਨੂੰ ਆਈ ਹੈਗੀ ਜੀ ਅਵੇ ਬੈਨੀਆਂ ਆ ਪਿੰਨੀਆਂ ਦੇ ਹਾਂ जायदाद ਪਾਵਾਂ
ਜਾਣਾ ਲੇਕਿਨ ਉਹ ਤੂੰ ਕਿਸੇ ਨਾਲ ਗੱਲ ਕੀਤੀ ਹੈ ਜੈਂਡਰ ਨਾਲ ਮੇਰੀ ਗੱਲ ਹੋਈ ਹੈ ਅੱਛਾ ਉਹ ਪਹਿਲਾਂ ਤੁਹਾਨੂੰ ਮੈਂ ਬਾਹਰ ਲੈ ਜਾਣਾ ਲੈ ਜਾਏਗਾ ਹਾਂ ਤੂੰ ਅੱਛੀ ਗੱਲ ਹੈ ਮੇਰੀ ਗੱਲ ਹੋ ਗਈ ਉਹਦੇ ਨਾਲ ਉਹ ਜਦੋਂ ਵੀ ਆਇਆ ਨਾ ਮੈਂ ਉਹਨੂੰ ਕਹਿਣਾ ਕਿ ਬਈ ਪੈਸੇ ਦੇ ਦਾਂਗੇ ਉੱਥੇ ਜਾ ਕੇ ਸੂਟ ਤੇ ਪੈਸੇ ਲਾ ਕੇ ਬਾਕੀ ਫਿਰ ਕਮਾਈ ਕਰਾਂਗਾ ਹਾਂ ਫੀ ਵੀਜ਼ੇ ਦਾ ਫਿਕਰ ਨਾ ਕਰੋ ਉਹ ਮੈਂ ਆਪ ਹੀ ਲਵਾ ਦਿਆਂਗਾ ਵੀਜ਼ੇ ਦੀ ਵੀ ਟੈਨਸ਼ਨ ਨਾ ਲਓ ਆਕਲੈਂਡ ਦੇ ਜਾਣਾ ਲੱਗਦੇ ਕਿੰਨੇ ਕਿੰਨੇ ਪੈਸੇ ਲੱਗਣਗੇ ਉਹਦੇ ਕਿੰਨੇ ਪੈਸੇ
35, 9, 33 7, 41 41 ते 9, 61 भाई जी हाँ जी हाँ जी जेडे स्कूल जे तुसी पढ़ते हो हाँ जी हाँ जी कदी उधर क्लास नु अग लगी विचे स्टूडेंट सड़ गए होण विचे हिसाब सड़ गया होण अच्छा मैं दसो बार रिश्ता वेखना
मैं भेजदा नहीं जाके तैयारी कर ते चाह पानी बोतल बाहर कंटीन
बच्चे चंगे भी ने बेच वो नहीं बेचे कदा इदा ना भी Ball. C for cat. Ball man. Ball man again. Huh?
A for apple, B for ball, C for cat, and pen pen A, Billy. D for dog, D for dog. Wow, wow, wow. Wow, 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 wow. ਕੱਜਿਆਂ ਨੂੰ ਵੀਜ਼ਾ ਛੇਤੀ ਮਿਲ ਜਾਂਦਾ। ਤੁਹਾਨੂੰ ਮੁਬਾਰਕ ਹੋਵੇ।
ਮੈਂ ਤੁਹਾਨੂੰ ਦੱਸ ਦਾ
ਭਾਈ ਸਾਹਿਬ ਉਹਨਾਂ ਨੇ ਕੱਪੜੇ ਵੀ ਪਾਲੇ ਇੰਗਲਿਸ਼ ਵੀ ਪੂਰੀ ਸਿੱਖ ਲਈ ਉਹਨਾਂ ਨੇ ਹਾਂਜੀ ਪਤਾ ਏਅਰਪੋਰਟ ਤੇ ਇਹਨਾਂ ਨਾਲ ਬੜੀ ਜ਼ਿਆਦਤੀ ਹੋਈ ਸੱਚੀ ਗੱਲ ਦੱਸਾਂ ਤਾਂ ਕਿ ਕਿਵੇਂ ਏਅਰਪੋਰਟ ਤੇ ਵੜਨ ਲੱਗਾ ਅੱਛਾ ਤੇ ਉਹ ਇਮੀਗ੍ਰੇਸ਼ਨ ਵਾਲਿਆਂ ਨੇ ਕਿਹਾ ਸੌਰੀ ਫਲੇਵਰ ਬਿਲ ਜੀ ਸਾਹਿਬ ਨੂੰ ਹੱਟ ਲਾਓ ਉਹ ਮੈਂ ਕਹਿੰਦਾ ਨਹੀਂ ਪਤਾ ਜੇ ਕਿਤੇ ਆਪ ਕਿਤੇ ਤਾਂ ਵੀ ਪੈਸਾ ਦੇ ਦਈਏ ਮੇਰਾ ਤਿਆਰੀ ਤੁਸੀਂ ਖਿੱਚੋ ਜੀ ਜੀ ਤੇ ਉਹਨੂੰ ਨਿਆਂ ਕਹੋ ਕਿ ਪਹੁੰਚ ਜਾਣਾ ਏਅਰਪੋਰਟ ਤੇ ਉਹਨਾਂ ਦਾ ਵੇਟ ਕਰ ਇਹਦਾ ਅਫਸੋਸ ਕੀਤਾ ਕੀ ਹੋਇਆ हाथ सुट एक होर हैगा ਅੱਛਾ ਜੀ ਇਹਦੇ ਨਾਲ ਨਾਲ ਤੁਹਾਨੂੰ ਦੱਸਦੇ ਜਾਈਏ
गुरदास भाई का भी आ रहे हैं शो मकान सोना छत्ता पुराना मकान
ਵੇਚ ਦੇਣਾ ਆਏ ਕਰਮ ਭਾਜੀ ਨੂੰ ਕਹਿ ਕੇ ਨਾ ਵੇਚ ਦੇਣਾ ਆਪੀ ਉਹਨੂੰ ਗਵਰਨਮੈਂਟ ਪੁੱਛੇਗੀ ਜਿਹਦਾ ਹਾਲ ਹੈ ਆਏ ਵੇ ਮੈਂ ਕਿਸੇ ਕਿੰਨਾ ਰੂਪ ਚੜੇ ਜਾਣ ਲੱਗਿਆ ਓਏ ਅੰਮੀ ਅੰਮੀ ਅਸੀਂ ਹੋਰ ਪਾਸੇ ਜਾਣ ਲਏ ਆ ਅਸੀਂ ਬਾਹਰ ਚੱਲੇ ਆ ਅਸੀਂ ਇੱਥੇ ਨਹੀਂ ਚੱਲਣਾ ਪਿੱਛੇ ਉਹਨਾਂ ਦੀਆਂ ਕਿੰਨੀਆਂ ਮਾਵਾਂ ਦੀਆਂ ਆਸਾਂ ਹੁੰਦੀਆਂ ਨੇ ਕਿੰਨਾ ਉਸ ਨੂੰ ਸੋਚਿਆ ਹੁੰਦਾ
पुत्र बाहर चला जाएगा भैन ब्याह देंगे, पुत्र बाहर चला जाएगा कोई गल नहीं गहने पड़ी जमीन छका लेंगे। मां अपने दिल के उत्ते पत्थर रख के पुत्रां नूं भेजदी है, पुत्र जिहड़े डंकी ला के जांदे ने 100 चुड़िकर दा ही पहुंचदे, बाकी 99 जालम समुंदर खा लैंदे जी। ते मैं नहीं चाहती मेरे जवान पुत्र समुंदर की नजर हो जाए, मैं नहीं भेजना इन्हां नूं बाहर। ठीक है मां जी, असीं वी तुहाडे नाल वादा करदे आ कि असीं जावांगे ते सही तरीके नाल जावांगे। असीं डंकी नूं आके जावांगे पुत्र। पुत्र मैं कुछ तुहाडे रब अगे दुआ करनी आ कि मालका साडे देशां दे विच इन्ना रिस्क दे दे सानूं प्रदेश दे विच कदर हो जी। सबसे पहले मैं करम जी का बड़ा शुक्रगुजार हूँ
जेके स्टार प्रोडक्शन की तरफ से। माशाल्लाह से बड़ा नाम है, इनके साथ काम करके मैं बड़ा अच्छा लगा। बड़े ही प्रोफेशनल टीम है। हमारे वीज़ा पार्टनर्स हसीब अशरफ, उन्होंने हमारे वीज़ास किए, थैंक यू वेरी मच हसीब। और विक्रम भाई, सारे स्पॉन्सर्स का नाले सारे जड़े जो टिकट लैके आए उन्होंने सारे का बराबर ही धन्यवाद। स्पॉन्सर्स के भी उन्ना ही धन्यवाद जिन्ना टिकट लैके आए हैं। सारे के नाल ही बराबर ही शो चलता है। तो बहुत धन्यवाद इन्हों का भी जिन्ना इन्होंने मिल के खुशी हुई है। मैं कहना भी नजारा आ गया क्योंकि रश पै गया। सारे स्पॉन्सर जीतू भाजी, महादीप होनी, आई सी एम डिजाइन सेंटर प्रजेंटर रोज भाजी इमीग्रेशन आए बैठे हैं, जेड़े जेड़े दिखी जाते हैं, पम्मी जी भाजी बैठे है, सारे बैठे है, देखते नहीं भाई। चलो थैंक यू सारे का बहुत बहुत धन्यवाद। पंकज भाजी शायद कहते हुए बैठे सारे का, सारे का बहुत बहुत धन्यवाद। थैंक यू, थैंक यू।